ਆਹਾ ਜਣੀ ਕੇ ਆਪਾਂ ਕਹਦੀ ਆਵਾਜ਼ ਨੂੰ ਲੋਕ ਤਰਸਦੇ ਅੱਜ ਫੋੜ ਦੀ ਆਵਾਜ਼ ਨੂੰ ਆ ਦੇਖੋ ਆਹਾ ਆਵਾਜ਼ ਆ ਫੋੜ ਦੀ ਆਪਾਂ ਕਹਦੀ ਦੁੱਗਣਾ ਤੇ ਆਪਾਂ ਕਹਦੀ ਚੌਗਣਾ ਸਾਫ ਫੋੜ ਜਿਹੇ ਜਾਂ ਜਨਸੀ ਚੋਂ ਆਉਂਦਾ ਸੀਗਾ ਜਮਾ ਰੀਨਲ ਤੇ ਉਹ ਜਿਹੇ ਸਾਫ ਆਪਾਂ ਟਰੈਕਟਰ ਆਏ ਤੁਹਾਡੇ ਦੀ ਲੈ ਕੇ ਆਏ ਆ ਨਾ ਜਿਵੇਂ ਕਿਤੇ ਕੱਢੇ ਨਹੀਂ ਹੁੰਦਾ ਜਾਂ ਤਾਂ ਛੋਟਾ ਥੋੜੀ ਮੋਟੀ ਬਾਹੀ ਵਾਸਤੇ ਬੰਦੇ ਨੇ ਵਰਤੇ ਹੁੰਦਾ ਨਾ 5-7 ਕਿੱਲਿਆਂ ਵਾਲੇ ਵਾਸਤੇ ਨਵਾਂ ਟਰੈਕਟਰ ਕਢਾਇਆ ਸੀਗਾ ਬੰਦਿਆਂ ਨੇ ਤੇ ਆਪਣੇ ਮਿੱਤਰ ਲੈ ਕੇ ਆਏ ਆ ਇਹ ਖੜਾ ਟਰੈਕਟਰ ਅਰੀਜਨਲ ਸ਼ੀਸ਼ਾ ਜਿਹੜਾ ਇਹਦਾ ਲੱਗਿਆ ਹੋਇਆ ਜਮਾ ਨਾਲ ਦਾ ਸਲੈਂਸਰ ਬਾਕੀ ਕੁੱਲ ਚੀਜ਼ ਯਾਰ ਇਹਦੇ ਨਾਲ ਦੀ ਹੈਗੀ ਅੱਜ ਤੱਕ ਕੀ ਬਾਈ ਹੁਣ ਇਹ ਕਹਿੰਦੇ ਯਾਰ ਇਹਦੇ ਸਪੈਂਡਲ ਵੀ ਨਹੀਂ ਟੁੱਟਾ ਟਰੈਕਟਰ ਦਾ ਇੰਨਾ ਕਿ ਜ਼ਿਆਦਾ ਹੀ ਸਾਡੇ ਕੋਲ 56 ਦੇਖੋ ਤੁਸੀਂ ਇੰਨਾ ਸਾਫ਼ ਮੈਨੂੰ ਨਹੀਂ ਲੱਗਦਾ ਇਹ ਹੋਊਗਾ ਟਰੈਕਟਰ ਕੋਈ ਪਿੰਡਾਂ 'ਚ ਮੈਂ ਕਹਿੰਦਾ ਟਾਂ ਮੇ ਰਹਿ ਗਏ ਜਿਲੇ 'ਚ ਇੱਕ ਦੋ ਟਰੈਕਟਰ ਭਲਾਂਦੀ ਹੁਣ ਫੋੜ ਕਿਉਂਕਿ ਇਹ ਖੇਤੀਬਾੜੀ ਵਾਸਤੇ ਰੱਖਿਆ ਹੋਇਆ ਦੇਖੋ ਆਹ ਕਲਰ ਇਹਦਾ ਅਰੀਜਨਲ ਆ ਆਪਾਂ ਨੂੰ ਐ ਲੱਗੂ ਵੀ ਪੇਂਟ ਹੋਇਆ ਪਰ ਪੇਂਟ ਨਹੀਂ ਹੋਇਆ ਆਹਾਂ ਚੀਜ਼ਾਂ ਸਬੂਤ ਹੈ ਇਹਦੀਆਂ ਆਹ ਚੀਜ਼ਾਂ ਜਿਹੜੀਆਂ ਨਾਲ ਰੰਗ ਲਿਆ ਹਨ ਇਥੇ ਹਾਂਜੀ ਦੋਸਤੋ ਬਹੁਤ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਫੋੜ 3600 ਇਹ ਟਰੈਕਟਰ ਦੀ ਬਹੁਤ ਹੀ ਭਰਾਮਾਏ ਡਿਮਾਂਡ ਆਈ ਸੀਗੀ ਇੱਕ ਗੁਜਰਾਤ ਤੋਂ ਦੋ ਭਰਾ ਲੈ ਕੇ ਗਏ ਸੀਗੇ ਦੋ ਟਰੈਕਟਰ ਇਕੱਠੇ ਫੋੜ 3600 ਆਪਾਂ ਵੀਡੀਓ ਪਾਈ ਸੀਗੀ ਵੀਡੀਓ ਕਾਫੀ ਚੱਲੀ ਸੀਗੀ 2.5-3 ਲੱਖ ਵਿਊ ਹੋ ਗਏ ਸੀਗੇ ਬਹੁਤ ਭਰਾਮਾ ਨੇ ਮੈਨੂੰ ਮੁੜ ਕੇ ਫੋਨ ਮੈਸੇਜ ਕਰੇ ਵੀ ਭਾਈ ਸਾਨੂੰ ਵੀ ਅਜਾ ਫੋੜ 3600 ਭਾੜ ਕੇ ਦਿਓ ਪਰ ਆਪਾਂ ਅੱਜ ਉਦੋਂ ਵੀ ਜਾਨੀ ਕਿ ਆਪਾਂ ਕਹਦੇ ਦੁੱਗਣਾ ਤੇ ਆਪਾਂ ਕਹਦੇ ਚੌਗਣਾ ਸਾਫ ਫੋਰਜ ਜਿਹੇ ਜਿਹੇ ਏਜੰਸੀ ਚੋਂ ਆਉਂਦਾ ਸੀਗਾ ਜਮਾ ਰੀਜਨਲ ਤੇ ਉਹ ਜਿਹੇ ਸਾਫ ਆਪਾਂ ਟਰੈਕਟਰ ਆ ਥੋੜੇ ਜੀ ਲੈ ਕੇ ਆਏ ਆ ਪਹਿਲਾਂ ਤੁਸੀਂ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਇੱਕ ਤਾਂ ਰੇਸ ਵਾਲੇ ਤਾਂ ਤੇ ਜਿੱਥੇ ਇੱਥੇ ਕਿਉਂਕਿ ਫੋਰਡ ਦੀ ਰੇਸ ਹੱਥ ਦੇ ਹੁੰਦੀ ਆ ਇਹ ਇੱਥੇ ਕੱਲਾ ਚਟਾ ਕੇ ਇੱਕ ਤੇ ਇੱਕ ਮਾੜਾ ਮੋਟਾ ਜਿਹਾ ਬਸ ਇਹਦੇ ਮਮੂਲੀ ਜਿਹਾ ਆਪਾਂ ਕਹਿੰਦੇ ਰੰਗ ਜਿਹੜਾ ਜਾਨੀ ਕਿ ਸ਼ੋ ਤੋਂ ਫੇਡ ਹੋਇਆ ਕਿ ਜਨਨਿਕ ਆਪਾਂ ਕਹ ਦੀਆਂ ਨਾ ਯਾਰ ਬੰਦੇ ਨੇ ਜਿਵੇਂ ਸਾਮ ਕੀ ਰੱਖਿਆ ਹੁੰਦਾ ਨਾ ਜਿਵੇਂ ਕਿਤੇ ਕੱਢੇ ਨਹੀਂ ਹੁੰਦਾ ਜਾਂ ਤਾਂ ਛੋੜ ਥੋੜੀ ਮੋਟੀ ਬਾਹੀ ਵਾਸਤੇ ਬੰਦੇ ਨੇ ਵਰਤੇ ਹੁੰਦਾ ਨਾ 5-7 ਕਿੱਲਾਂ ਵਾਲੇ ਵਾਸਤੇ ਨਵਾਂ ਟਰੈਕਟਰ ਕਢਾਇਆ ਸੀ ਕਹਾ ਬੰਦਿਆਂ ਨੇ ਤੇ ਆਪਣੇ ਮਿੱਤਰ ਲੈ ਕੇ ਆਏ ਆ ਇਹ ਖੜਾ ਟਰੈਕਟਰ ਇਸ ਟਾਈਮ ਭੁੰਦੜ ਪਿੰਡ ਹੈਗਾ ਰਾਮਪਰਾ ਫੂਲ ਜਨਨਿਕ ਆਪਾਂ ਕੋਲੇ ਨਜ਼ਦੀਕ ਪੈਂਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇਹ ਭੁੰਦੜ ਰਾਮਪਰਾ ਫੂਲ ਤੇ ਮੰਡੀਕਲਾਂ ਤੋਂ 20 ਕਿਲੋਮੀਟਰ ਦੀ ਦੂਰੀ ਤੇ ਇਹ ਭੁੰਦੜ ਪਿੰਡ ਹੈ ਜਿਹੜਾ 95 ਮਾਡਲ ਆ ਸਾਰਾ ਅਰੀਜਨਲ ਫੋਰ ਟਰੈਕਟਰ ਹੈ 3600 ਮੱਡਗਾੜ ਵੀ ਅਡੀਸ਼ਨ ਦੇਖੋ ਨਹੀਂ ਮੈਂ ਤਾਂ ਕਿਸੇ ਫੋਰਡ ਦੇ ਦੇਖਿਆ ਨਹੀਂ ਅਜੇ ਤੱਕ ਆ ਸ਼ੀਸ਼ਾ ਵੀ ਅਰੀਜਨਲ ਜਿਹੜਾ ਹੈਗਾ ਤੇ ਆ ਅਰੀਜਨਲ ਸ਼ੀਸ਼ਾ ਜਿਹੜਾ ਇਹਦਾ ਲੱਗਿਆ ਹੋਇਆ ਜਿਵੇਂ ਨਾਲ ਦਾ ਸਾਇਲੈਂਸਰ ਬਾਕੀ ਕੁੱਲ ਚੀਜ਼ ਜਾਰੇ ਦੇ ਨਾਲ ਦੀ ਹੈਗੀ ਅਜੇ ਤੱਕ ਕੀ ਬਾਈ ਹੁਣ ਇਹ ਕਹਿੰਦੇ ਯਾਰ ਇਹਦੇ ਸਪੈਂਡਲ ਵੀ ਨਹੀਂ ਟੁੱਟਾ ਟਰੈਕਟਰ ਦਾ ਇੰਨਾ ਕਿ ਜ਼ਿਆਦਾ ਹੀ ਸਾਡੇ ਕੋਲ 56 ਵੀ ਹੈ ਕਹਿੰਦੇ ਅਸੀਂ ਉਹਦੇ ਨਾਲ ਵੀ ਜ ਨਹੀਂ ਕਿ ਇੰਨਾ ਧੱਕਾ ਨਹੀਂ ਕਰਿਆ ਜਿੰਨਾ ਇਹਦੇ ਨਾਲ ਕਰਿਆ ਨਵੇਂ 56 ਵੀ ਨਾਲ ਇੰਨਾ ਕੇ ਜਿਆਦਾ ਇਹਨਾਂ ਧੱਕਾ ਕਰਾ ਕਦੇ ਸਪਿੰਡਲ ਨਹੀਂ ਟੁੱਟਿਆ ਦੇਖੋ ਬਾਕੀ ਪੰਜਾਬ ਨੰਬਰਾਂ ਤੇ ਪੀਵੀ 31 ਨੰਬਰ ਹੈ ਕਿ 37 ਹੈ ਬਾਈ 37 ਹੈ ਨਾ ਪੀਵੀ 37 ਲਿਖਿਆ ਨਾ ਇਹਨਾਂ ਦਾ 37 ਹੈ ਸ਼ਾਇਦ ਮੈਨੂੰ ਲੱਗਦਾ ਇਹਦੇ 5659 ਨੰਬਰ ਹੈ ਇਹਦਾ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਜਿਵੇਂ ਨਵੇਂ ਪੁਵਾਏ ਇਹਨਾਂ ਨੇ ਆਪ ਨਹੀਂ ਪੁਵਾਏ ਆ ਵੇਟ ਵੀ ਲੱਗੇ ਆ ਮਗਰ 91 ਘਰਾਂ ਵਾਲੇ ਵੇਟ ਹੁੰਦੇ ਜਿਹੜੇ ਉਹੋ ਜੜਵਾਏ ਇਹਨਾਂ ਨੇ ਸ਼ੌਂਕ ਨੂੰ ਲੱਤਾ ਸੀਗਾ ਤੇ 95 ਪੈਸੇ ਆਪਾਂ ਕਹਦੇ ਗਏ ਟਾਇਰ ਪਈ ਆ ਇਹਦੇ ਮੈਂ ਤੁਹਾਨੂੰ ਇਧਰੋਂ ਦਿਖਾਉਣਾ ਦੇਖੋ ਲਾਈਟਾਂ ਲੂਟਾਂ ਸਾਰੀਆਂ Ориਜਨਲ ਆ ਅਜੇ ਤ ਜਮਾ ਜਮ ਉਂਗ ਕਰਕੇ ਹੁਣ ਇੱਕੋ ਦਿਖਾਉਣਾ ਮੈਂ ਹੈ ਲੁਕਸ ਦੀ ਹੈਡਲਾਈਟ ਆਉਂਦੀ ਹੁੰਦੀ ਸੀ ਕਿ ਇਹਦੇ ਫੋਰਡ ਦੇ ਆ ਦੇਖੋ ਓਮੀਆ ਟਰੇਡ ਆ ਥੋੜੀ ਜੀ ਇਹਦੇ ਚੋਮੀ ਪਈ ਆ ਇਹ ਆ ਮੂਰੋ ਜਾਲੀ ਦੇਖੋ ਗ੍ਰਿਲ ਜਿਹੜੀ ਗ੍ਰਿਲ ਆਉਂਦੀ ਆ ਇਹ ਇਹ ਨਹੀਂ ਅੱਜਕੱਲ ਨਵੀਆਂ ਗ੍ਰਿਲਾਂ ਵੀ ਆਉਂਦੀਆਂ ਨੇ ਬਟ ਇਹ ਪਰ ਇਹਦੇ ਨਾਲ ਦੀ ਗ੍ਰਿਲ ਲੱਗੀ ਆ ਦੇਖੋ ਜਮਾ ਅਰੀਜਨਲ ਗ੍ਰਿਲਾਂ ਮੈਨੂੰ ਵੀ ਹੋਣਾ ਇਹਦੇ ਫੋਕਸ ਕਰਕੇ ਨਾਲ ਦੀ ਗ੍ਰਿਲ ਆ ਬਿਲਕੁਲ ਅਰੀਜਨਲ ਗ੍ਰਿਲ ਆ ਦੇਖੋ ਤੇ 95 ਮਾਡਲ ਫੋਰਡ ਆ ਇਹ ਧਿਆਨ ਨਾਲ ਦੇਖੋ ਤੁਸੀਂ ਇੰਨਾ ਸਾਫ ਮੈਨੂੰ ਨਹੀਂ ਲੱਗਦਾ ਇਹ ਹੂਗਾ ਟਰੈਕਟਰ ਕੋਈ ਪਿੰਡਾਂ 'ਚ ਮੈਂ ਕਹਿੰਦਾ ਟਾਂ ਹੀ ਰਹਿ ਗਏ ਜਿਲੇ 'ਚ ਇੱਕ ਦੋ ਟਰੈਕਟਰ ਭਲਾਂ ਦੀ ਹੁਣ ਫੋੜ ਕਿਉਂਕਿ ਆਪਣੇ ਲੋਕ ਵੀ ਜ਼ਿਆਦਾਤਰ ਵੱਡੇ ਟਰੈਕਟਰ ਇੰਪਲੀਮੈਂਟ ਵੱਡੇ ਹੋ ਗਏ ਫੇ ਖੇਤੀ ਦੇ ਸਾਧਨ ਤਾਂ ਕਰਕੇ ਛੋਟੇ ਟਰੈਕਟਰ ਮਾੜੇ ਮੋٹے ਕੰਮਾਂ ਵਾਸਤੇ ਹੀ ਰੱਖੇ ਆ ਆ ਦੇਖੋ ਇਧਰੋਂ ਸੋਨੂੰ ਇੰਜਣ ਦਾ ਕਲਰ ਕੁਲਰ ਦਿਖਾਉਣਾ ਜਿਹੜਾ ਇੰਜਣ ਦਾ ਕਲਰ ਸਾਰਾ origignal ਫੇ ਇਧਰੋਂ ਖੋਲ ਕੇ ਦਿਖਾਉਣਾ ਮੈਂ ਸੋਨੂੰ ਵਿੱਚੋਂ ਆ ਦੇਖੋ ਇਹਦੇ ਪਹਿਲਾਂ ਇੱਥੇ ਬੈਟਰੀ ਆਉਂਦੀ ਹੁੰਦੀ ਸੀਗੀ ਤੇ ਰੇਡੀਏਟਰ ਵੀ ਨਾਲ ਦਾ ਬਿਲਕੁਲ ਕੁੱਲ ਚੀਜ਼ੇ ਦੀ ਨਾਲ ਦੀ ਹੈਗੀ ਜਿਹੜਾ ਜਿਹੜਾ ਹੈਗਾ ਇਹ ਸਮਾਨ ਨਾਲ ਤੇ ਇੱਕ ਜਿਹੜੇ ਖੜਾ ਹੀ ਬੰਦਾ ਸੀ ਪਾਣੀ ਮਾਰ ਕੇ ਮੜਾ ਤੇ ਨਾਲ ਦੀਆਂ ਵੀਡੀਓ ਬਣਾਉਣ ਲੱਗੇ ਕੋਈ ਐ ਨਹੀਂ ਚਮਕਾ ਆ ਹੋਵੇ ਇਹਨੂੰ ਮੈਂ ਕਹਿੰਦਾ ਜੇ ਮੰਡੀ ਤੇ ਲਾਇਆ ਹੋਵੇ ਟਰੈਕਟਰ ਤੇ ਇਹਦੀ ਦੁੱਗਣੀ ਮਾਰਕੀਟ ਬਣ ਜੇ ਕਿਸੇ ਵਪਾਰੀ ਕੋਲ ਆਇਆ ਹੋਵੇ ਇਹ ਬਾਈ ਹੁਣਾਂ ਕੋਲੇ ਤਾਂ ਆਪਦੀ ਖੇਤੀ ਬੜੀ ਵਾਸਤੀ ਰੱਖਿਆ ਹੋਇਆ ਦੇਖੋ ਆਹ ਕਲਰ ਇਹਦਾ origignal ਆ ਆਪਾਂ ਨੂੰ ਐ ਲੱਗੂ ਵੀ ਪੇਂਟ ਹੋਇਆ ਪਰ ਪੇਂਟ ਨਹੀਂ ਹੋਇਆ ਆਹ ਚੀਜ਼ਾਂ ਸਬੂਤ ਹੈ ਇਹਦੀਆਂ ਆਹ ਚੀਜ਼ਾਂ ਜਿਹੜੀਆਂ ਨਾਲੋਂ ਰੰਗ ਲਿਆ ਹਨ ਇੱਥੋਂ ਪਤਾ ਲੱਗਦਾ ਇਹਦਾ ਵੀ ਇਹ origignal ਮੱਡ ਗਾਰਡ ਤੁਹਾਨੂੰ ਮੈਂ ਦਿਖਾਉਣਾ ਇਹਦੇ ਮੱਡ ਗਾਰਡ ਦੇਖੋ ਜੀ ਇੱਥੋਂ ਪੀਵੀ 37 ਨੰਬਰ ਹੀ ਹੈ ਇਹਦੇ ਆਹਾਂ ਇੰਡੀਕੇਟਰ ਵੀ ਇਹਦੇ ਨਾਲ ਦੇ ਆ ਦੇਖੋ ਆ ਇੱਕ ਹੈ ਨੀਗਾ ਇੱਕ ਹੈਗਾ ਇਹਦੇ ਇਹੀ ਇੰਡੀਕੇਟਰ ਇਹੀ ਇਹਦੇ ਨਾਲ ਆਉਂਦੇ ਸੀਗੇ ਓਰੀਜਨਲ ਆਹੀ ਮਗਰਲੀ ਲਾਈਟ ਆਉਂਦੀ ਹੁੰਦੀ ਸੀ ਬਿਲਕੁਲ ਆਪਾਂ ਕਹਦੇ ਆ 90% ਹੀ ਮੈਂ ਕਹਿੰਦਾ ਕੰਡੀਸ਼ਨ ਇਹਦੀ ਸਾਫ਼ ਪਈ ਹੈ ਦੀ ਇੰਨੀ ਕਿ ਜ਼ਿਆਦਾ ਕੱਲੀ ਆਹ ਚੀਜ਼ ਲੱਗੀ ਹੋਈ ਹੈ ਇਹਦੇ ਆਹਾਂ ਲੱਗਦੀ ਆਹ ਦੇਖੋ ਜੀ ਇੱਥੋਂ ਕੰਡੀਸ਼ਨ ਦੇਖੋ ਟਰੈਕਟਰ ਦੀ ਯਾਰ ਇੰਨਾ ਕਿ ਜ਼ਿਆਦਾ ਸਾਫ਼ ਪਿਆ ਨਾ ਵੀ ਛੱਡ ਹੀ ਗੱਲਾਂ ਦਿਓ ਆਹ ਦੇਖੋ ਇਹ ਮੁੰਲੜਾ ਸ਼ਹਿਰ ਦਾ ਹੁੱਕ ਚੇਂਜ ਹੈਗੀ ਹੁੱਕ ਇਹਦੇ ਹੈਵੀ ਲਾਈਫ ਹੋਈ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਯਾ ਟਰੈਕਟਰ ਦੀ ਕਿਸੇ ਪਾਸੇ ਜੰਗਾਲ ਵੀ ਨਹੀਂ ਆਹਾ ਕੱਲੀ ਮਾੜੀ ਜਿਹੀ ਇੱਥੇ ਜੰਗਾਲ ਆ 95 ਮਾਡਲ ਹੋਣ ਦੇ ਬਾਵਜੂਦ ਵੀ ਯਾਰ ਮੱਡਗਾੜ ਵੀ オリジナル ਹਨਾ ਕੁੱਲ ਚੀਜ਼ ਆ ਛਤਰੀ ਵੀ ਨਾਲ ਦੀ ਹੈ ਇਹਦੇ ਜਿਹੜੀ ਆਉਂਦੀ ਹੁੰਦੀ ਸੀਗੀ ਬਿਨਾ ਛੇਜੇ ਤੋਂ ਇਹ ਕੱਲੀ ਸਿੰਗਲ ਜੀ ਆਉਂਦੀ ਹੁੰਦੀ ਛਤਰੀ ਇਹਦੇ ਉਹੀ ਸਿੰਗਲ ਛਤਰੀ ਹੈਗੀ ਯਾਨੀ ਕਿ ਆਹ ਦੇਖੋ ਆਹਾ ਵੇਟ ਚੜੇ ਇਹਦੇ ਰਿੰਮਾਂ ਦੀ ਸੁਨਮਾ ਕੰਡੀਸ਼ਨ ਦਿਖਾ ਰਨਾ ਆ ਦੇਖੋ ਰਿੰਮ ਇਹਦੇ ਨਾਲ ਦੇ ਜਿਵੇਂ ਰਿੰਮ ਆਉਂਦੇ ਸੀਗੇ ਨਹੀਂ ਇਹਦੇ 95 99 ਮਾਡਲ ਦੇ ਜਿਆਦਾਤਰ ਆਪਾਂ ਟਰੈਕਟਰਾਂ ਦੀ ਗੱਲ ਕਰੀਏ ਜੰਗਾਲ ਪੈ ਜਾਂਦੀ ਆ ਖਰਾਬ ਹੋ ਜਾਂਦੇ ਆ ਆ ਦੇਖੋ ਮੁਰੂ ਕੱਲਾ ਜਿਹੜਾ ਕਲਰ ਉਹ ਲਿਆ ਹਾਂ ਹੋਇਆ ਪਰ ਜੰਗਾਲ ਨਹੀਂ ਹੈਗੀ ਆਪਾਂ ਕਹਿ ਦਈਏ ਕੋਈ ਸਪੈਂਡਲ ਨਹੀਂ ਟੁੱਟਿਆ ਹੋਇਆ ਸਪੈਂਡਲ ਵੀ ਇਹ ਤੱਕ ਕੀ ਇਹਦੇ origignal 95 ਮਾਡਲ ਦੇ ਸਪੈਂਡਲ ਆ ਤੇ ਬਾਈ ਹੁਣ ਇਹ ਕਹਿੰਦੇ 1 ਰੁਪਏ ਦੇ ਵੀ ਜਨਕੇ ਤੇ ਲਾਉਣ ਦੀ ਲੋੜ ਨਹੀਂ ਗਈ ਜਮਾ ਓਕੇ ਟਰੈਕਟਰ ਹੈਗਾ ਇਧਰੋਂ ਸੋਨਮਾ ਦਿਖਾ ਦਿੰਨਾ ਦੇਖੋ ਪੈਰ ਦਾਣ ਤੇ ਵੀ ਦੇਖੋ ਹਜੇ ਰੰਗ ਪਿਆ ਦੇਖੋ ਕਿੰਨੀ ਸਮਾਂ ਇਚ ਰਹਾ ਉਹ ਟਰੈਕਟਰ ਤੁਸੀਂ ਆਪ ਸੋਚੋ ਇਹ ਚੀਜ਼ ਹਨਾ ਮੋਦਰ ਵੀ ਤੁਹਾਨੂੰ ਦਿਖਾਣਾ ਇੱਥੇ 95 ਮਾਡਲ ਲਿਖਿਆ ਹੋਇਆ ਆਹਾਂ ਛਤਰੀ ਆਉਂਦੀ ਹੁੰਦੀ ਸੀ ਇਹਦੇ ਅਰੀਜਨਲ ਚੋਦੋ ਜਦੋਂ ਇਹ ਤੌਰ ਸੀਦੀ ਵੀ ਕਿਸੇ ਟਾਈਮ ਤੇ ਪੂਰਾ ਦੌਰ ਸੀਗਾ ਇਹਦਾ ਫੋਰਡ 3600 ਦਾ ਆ ਦੇਖੋ ਮੂਰੋ ਕੰਡੀਸ਼ਨ ਦਿਖਾਉਣਾ ਤੁਹਾਨੂੰ ਮੈਂ ਤੇ ਕੋਈ ਆਇਆ ਨਹੀਂ ਆ ਦੇਖੋ ਟੈਰੋਂ ਵੀ ਲਿਬੜੇ ਖੜੇ ਆ ਇਕੱਲਾ ਵਾ ਸ਼ੋਅ ਤੇ ਮੜਾ ਪਾਣੀ ਮਾਰ ਕੇ ਤੇ ਉਮੇ ਹੀ ਖੜਾਤਾ ਯਾਨੀ ਕਿ ਵੀਡੀਓ ਬਣਾਉਣ ਲੱਗ ਗਏ ਸੀ ਮੈਂ ਉਹਨੇ ਕਹਿੰਦੇ ਸੀ ਵੇਚਨਾ ਯਾਰ ਮੈਂ ਜਾਲ ਵੀਡੀਓ ਬਣਾ ਲੈਂਦੇ ਆਪਾਂ ਤੇ ਆਹ ਦੇਖੋ ਬੀਡ ਬੂਟੇ ਦੇ ਇਧਰਲੇ ਪਾਸੇ ਵੀ ਬੀਕਟੀ ਦੇ ਟਾਇਰ ਹੈ ਇਹਦੇ ਆਪਾਂ ਕਹਿ ਦਈਏ 13 6 28 ਵਾਲੇ ਬਿਲਕੁਲ ਨਵੇਂ ਤੇ ਮੂਰਲੇ ਵਿਚਾਰੇ ਬੀਕੱਡੀ ਦੇ ਟਾਇਰ ਆ ਇੱਥੇ ਇਹਦੇ ਲਿਖ ਜਾਂਦਾ ਇੱਥੇ ਤੁਹਾਨੂੰ ਦਿਖਾਉਨੇ ਆ ਇਹਦੇ ਆਪਾਂ ਖੜ ਜੋ ਆ ਲਿਖਿਆ ਪਿਆ 95 ਮਾਡਲ ਤੁਹਾਨੂੰ ਫੋਕਸ ਕਰਕੇ ਦਿਖਾ ਰਿਹਾ ਮੈਂ 12 28 ਦੇ ਉੱਪਰ ਲਿਖਿਆ ਹੋਇਆ 95 ਇੱਥੇ ਲਿਖਿਆ ਹੁੰਦਾ ਆਂਦਾ ਫੋਰਡ ਦੇ 95 ਮਾਡਲ ਆ ਸਟicker ਵੀ ਦੇ ਹਜੇ ਤੱਕ ਕੀ origional sticker ਆ ਗਿਆ ਹਾਂ ਲੱਗੇ ਹੋਏ ਆ ਜਿਹੜੇ ਇਹਦੇ ਹਾਂ ਹਾਂ ਆ ਬਾਕਸ ਗੱਲਾਂ ਲੱਗਦਾ ਲੱਗਿਆ ਹੋਇਆ ਇਹਦੇ ਕਿਉਂਕਿ ਬੈਟਰੀਆਂ ਪਹਿਲਾਂ ਇਹਨਾਂ ਦੇ ਫੋਰਡ ਦੇ ਉੱਪਰ ਆਉਂਦੀਆਂ ਹੁੰਦੀਆਂ ਫਾਰਮ 60 ਦੇ ਵੀ ਫੋਰਡ ਦੇ ਵੀ ਤੇ ਉਹ ਤੇਜਾਬ ਹੁੰਦਾ ਸੀਗਾ ਉਹ ਤੋਂ ਬੈਟਰੀਆਂ ਚੋਲ ਜਰੋ ਫਿਰ ਤੇ ਖਰਾਬ ਹੋ ਜਾਂਦੀ ਬੈਟਰੀ ਮੰਨ ਕੇ ਤੇਜਾਬ ਉਹਦੇ ਇੰਜਨ ਤੇ ਡੋਲਦਾ ਹੈ ਇੰਜਲ ਤੋਂ ਰੰਗ ਲੈ ਜਾਂਦਾ ਹੁੰਦਾ ਸੀਗਾ ਤਾਂ ਕਰਕੇ ਉਸ ਤੋਂ ਬਾਅਦ ਫਿਰ ਆ ਸਾਈਡ ਤੇ ਬੈਟਰੀਆਂ ਬਾਕਸ ਸਲਵਾਏ ਸੀਗੇ ਤੇ ਆ ਦੇਖੋ ਮੈਂ ਤੁਹਾਨੂੰ ਇਧਰੋਂ ਵੀ ਕੰਡੀਸ਼ਨ ਦਿਖਾਉਣਾ ਇਹਦੇ ਮੀਟਰ ਮੂਟਰ ਆ ਦੇਖੋ ਕੰਡੀਸ਼ਨ ਦੇਖੋ ਯਾਰ ਇੰਨਾ ਕ ਜਿਆਦਾ ਸਾਫ ਮੈਂ ਨਹੀਂ ਦੇਖਿਆ ਟਰੈਕਟਰ ਇੰਨਾ ਕ ਜਿਆਦਾ ਸਾਫ ਇੱਕ ਆਪਣੇ ਪਿੰਡ ਜਰੂਰ ਉਹ ਟਰੈਕਟਰ ਹੈਗਾ ਬਾਈ ਮਾਨ ਨੇ ਵੀ ਬਠਿੰਡਾ ਵਾਲ ਨੇ ਪਾਈ ਸੀਗੀ ਵੀਡੀਓ ਉਸ ਟਰੈਕਟਰ ਦੀ ਪਿਛਲੇ ਸਾਲ ਉਹ ਬਰਕਿਆਉ ਨਹੀਂ ਸੀਗਾ ਹਾਂ ਟਰੈਕਟਰ ਬਕਿਆਉ ਆ ਤੇ ਰੇਟ ਵੀ ਤੁਹਾਨੂੰ ਮੈਂ ਦੱਸ ਦਿੰਨਾ ਤੇ ਸਾਰੀ ਗੱਲਬਾਤ ਤੁਹਾਨੂੰ ਦੱਸ ਦਿੰਨਾ ਨੰਬਰ ਵੀ ਮੈਂ ਸਕਰੀਨ ਦੇ ਉੱਪਰ ਦੇਵਾਂਗਾ ਮਾਲਕ ਨਾਲ ਤੁਸੀਂ ਗੱਲਬਾਤ ਕਰ ਲਓ ਟਰੈਕਟਰ ਦੀ ਤੇ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਜੇ ਆਪਾਂ ਕਹਿ ਦਈਏ ਬਾਈ ਹੁਣ ਇਹਨੇ ਜਿੰਨੇ ਦੱਸਿਆ ਆਪਾਂ ਨੂੰ ਤੇ ਬਾਕੀ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਸਾਰੀ ਜਾਣਕਾਰੀ ਇਹਦੇ ਨਾਲ ਇਹਦੇ ਬਾਰੇ ਪੁੱਛ ਸਕਦੇ ਹੋ ਆ ਪਾਈਪਾਂ ਦੇ ਡੰਡੇ ਨਾਲ ਆਉਂਦੇ ਹੁੰਦੇ ਸੀ ਕਿ ਉਹੀ ਨਾਲ ਦੇ ਡੰਡੇ ਆ ਤੇ ਆਹ ਸੀਟ ਵਗੈਰਾ ਤੁਸੀਂ ਬਾਕੀ ਸਾਰਾ ਦੇਖ ਲਓ ਮਗਰੋਂ ਤੇ ਮੈਂ ਤੁਹਾਨੂੰ ਕਿਹੜਾ ਦਿਖਾਤਾ ਇਹ ਤੇ ਬਾਈ ਹੁਣ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਰੇਟ ਦੀ ਜਿਹੜੀ ਮੈਂ ਤੁਹਾਨੂੰ ਦੱਸ ਦਿੰਨਾ ਵੀ ਕਿੰਨਾ ਮੁੱਲ ਕਰਦੇ ਇਹਦਾ ਤਾਂ ਦੇਖੋ ਫਰੰਟ ਤੋਂ ਸਾਰਾ ਦੁਬਾਰੇ ਫੇਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਕੋਈ ਕਸਰ ਨਾ ਰਹਿ ਜਾਏ ਦਿਖਾਉਣ ਵਾਲੇ ਪਾਸਿਓਂ ਤੇ ਰੇਟ ਦੀ ਗੱਲ ਕਰੀਏ ਸੱਜਣੋ ਜਾਨੀ ਕਿ 3.5 ਲੱਖ ਰੁਪਈਆ ਮਾਲਕਾਂ ਨੇ ਡਿਮਾਂਡ ਰੱਖੀ ਐ ਇਸ ਟਰੈਕਟਰ ਦੀ ਅਮਰਾਉਣ ਦੀ ਬੈਟਰੀ ਆ ਬਿਲਕੁਲ ਨਵੀਂ ਐ ਦੀ ਤੇ ਮੈਂ ਤੁਹਾਨੂੰ ਸੈਲਫ ਮਾਰ ਕੇ ਇਹਦੀ ਆਵਾਜ਼ ਸੁਣਾ ਦੇਣਾ ਕਿਰਾਂ ਇਧਰੋਂ ਆ ਦੇਖ ਲਓ ਆਵਾਜ਼ ਸੁਣ ਲਓ ਇਹਦੀ ਆਹਾ ਜਾਨੀ ਕਿ ਆਪਾਂ ਕਹਿੰਦੀ ਆਵਾਜ਼ ਨੂੰ ਲੋਕ ਤਰਸਦੇ ਆ ਜਹਾੜ ਦੀ ਆਵਾਜ਼ ਨੂੰ ਆ ਦੇਖੋ ਆਹਾ ਆਵਾਜ਼ ਆ ਬੋੜ ਦੀ ਇਹਦੀ origignal ਆਵਾਜ਼ ਆ ਹਾਂ ਹੁੰਦੀ ਹੁੰਦੀ ਸੀ ਜੀ ਆਹ ਆਇਆ ਜੀ ਤੁਸੀਂ ਡਿਪਰ ਵੀ ਆਇਆ ਤੁਹਾਨੂੰ ਦੱਸਦਾ ਸੀ ਕਿ ਮਾੜੀ ਰੇਸ ਹੁੰਦੀ ਫੇਰ ਚਾਰਜ ਕਰਦਾ ਸੀ ਬੈਟਰੀ ਇਹ ਆ ਦੇਖੋ ਜੱਗੂ ਜੱਗੂ ਦੱਸਦਾ ਆਵਾਜ਼ ਸੁਣੋ ਧਿਆਨ ਨਾਲ ਬਾਕੀ ਨੂੰ ਜੀ ਰੇਸ ਕਰਕੇ ਵੀ ਗਾਣਾ ਮਾੜੀ ਜੀ ਦੀ ਵਾਇਬ ਵੀ ਚੈੱਕ ਕਰ ਲਓ ਕੋਈ ਹੋਣੀ ਬਾਰ ਬਾਰ ਤੇ ਬਾਕੀ ਨੂੰ ਸਕਰੀਨ ਤੇ ਨੰਬਰ ਸਾਨੂੰ ਦੇ ਦੇਣਾ ਅਮਰੌਣ ਦੀ origignal ਬੈਟਰੀ ਹੈ ਇਹਦੀ ਤੇ 2.5 ਲੱਖ ਰੁਪਇਆ ਮਾਲਕਾਂ ਨੇ ਡਿਮਾਂਡ ਰੱਖੀ ਐ ਇਸ ਟਰੈਕਟਰ ਦੀ ਤੇ ਗੱਲਬਾਤ ਕਰ ਲਿਓ ਤੇ ਇਹ ਵੀਡੀਓ ਚੰਗੀ ਲੱਗੀ ਸਾਰੇ ਭਰਾ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਵੀਡੀਓ ਜਿਉਂਦੇ ਬਸਦੇ ਰਹੋ ਧੰਨਵਾਦ ਜੀ